ਓ ਨੀ ਸਟੂਡੈਂਟਸ ਪਿਛਲੇ ਪੇਜ ਤੇ ਆਪਾਂ 12 ਸਿੰਘੇ ਦੀ ਸਰੀਰਕ ਬੰਤਰ ਬਾਰੇ ਜੋ ਆਪਸੀ ਖਰਗੋਸ਼ ਨਾਲ वार्तालाप ਸੀ ਗੱਲਬਾਤ ਉਸ ਬਾਰੇ ਪੜਿਆ ਸੀ ਇਸ ਇਸ ਪੇਜ ਤੇ ਅਸੀਂ ਉਹਨਾਂ ਦੇ ਖਾਣ ਬਾਰੇ ਜਿਹੜਾ ਹੈ ਉਹ ਪੜਨਾ ਹੈ ਅੱਛਾ ਫੇਰ ਤਾਂ ਤੁਸੀਂ ਸ਼ਿਕਾਰ ਵੀ ਕਰਦੇ ਹੋਵੋਗੇ ਤੇ ਆਪਣੇ ਸ਼ਿਕਾਰ ਨੂੰ ਮਾਰ ਖਾਂਦੇ ਹੋਵੋਗੇ ਖਰਗੋਸ਼ ਨੇ ਹੈਰਾਨੀ ਨਾਲ ਪੁੱਛਿਆ ਨਹੀਂ ਅਸੀਂ ਨਾ ਕਿਸੇ ਦਾ ਸ਼ਿਕਾਰ ਕਰਦੇ ਹਾਂ ਤੇ ਨਾ ਹੀ ਕਿਸੇ ਨੂੰ ਮਾਰ ਕੇ ਖਾਂਦੇ ਹਾਂ ਬਾਰਾ ਸਿੰਘੇ ਨੇ ਕਿਹਾ ਫਿਰ ਤੁਸੀਂ ਕੀ ਖਾਂਦੇ ਹੋ ਖਰਗੋਸ਼ ਨੇ ਉਤਸੁਕਤਾ ਵਸ ਪੁੱਛਿਆ ਅਸੀਂ ਸਿਰਫ ਘਾਹ ਖਾਂਦੇ ਹਾਂ ਹਰਾ ਭਰਾ ਘਾਹ ਝਾੜੀਆਂ ਪੱਤੇ ਟਾਹਣੀਆਂ ਜੋ ਵੀ ਮਿਲ ਜਾਵੇ ਖਾ ਲੈਂਦੇ ਹਾਂ ਪਰ ਅਸੀਂ ਕਿਸੇ ਨੂੰ ਮਾਰ ਕੇ ਕਦੇ ਨਹੀਂ ਖਾਂਦੇ ਬਾਰਾ ਸਿੰਘੇ ਦੀ ਗੱਲ ਸੁਣ ਕੇ ਖਰਗੋਸ਼ ਹੱਸਿਆ ਤੇ ਕਹਿਣ ਲੱਗਾ ਫਿਰ ਤਾਂ ਤੁਸੀਂ ਵੀ ਸਾਡੇ ਵਰਗੇ ਹੀ ਹੋਏ ਜਿਵੇਂ ਅਸੀਂ ਘਾਹ ਫੂਸ ਖਾਂਦੇ ਹਾਂ ਉਸੇ ਤਰ੍ਹਾਂ ਤੁਸੀਂ ਵੀ ਭਰਾ ਮਿਲ ਕੇ ਬਹੁਤ ਚੰਗਾ ਲੱਗਿਆ ਸਾਡੇ ਵਰਗਿਆਂ ਦਾ ਖਿਆਲ ਰੱਖਿਓ ਤੇ ਨਾਲ ਹੀ ਇਨ੍ਹਾਂ ਸਿੰਘਾਂ ਦਾ ਵੀ ਕਿਤੇ ਕਿਸੇ ਝਾੜੀ ਵਿੱਚ ਫਸਾ ਨਾ ਲੈਣਾ ਇਨ੍ਹਾਂ ਕਹਿ ਕੇ ਖਰਗੋਸ਼ ਇੱਕ ਝਾੜੀ ਦੇ ਪਿੱਛੇ ਅਲੋਪ ਹੋ ਗਿਆ ਬਾਰਾ ਸਿੰਘਾਂ ਚੁੰਗੀਆਂ ਭਰਦਾ ਆਪਣੀ ਡਾਰ ਵਿੱਚ ਰਲਣ ਲਈ ਕਾੜੀ-ਕਾੜੀ ਦੌੜਨ ਲੱਗ ਪਿਆ ਬੱਚੇ ਚੁੰਗੀਆਂ ਭਰਨਾ ਸ਼ਾਲਾ ਮਾਰਨੀ ਆ ਰਸਤੇ ਵਿੱਚ ਉਸ ਨੂੰ ਪਿਆਸ ਲੱਗੀ ਉਹ ਇੱਕ ਤਲਾਹ ਦੇ ਕੰਢੇ ਪਾਣੀ ਪੀਣ ਲਈ ਰੁਕਿਆ ਉਸ ਨੇ ਆਪਣੀ ਸ਼ਕਲ ਪਾਣੀ ਵਿੱਚ ਦੇਖੀ ਉਸ ਨੂੰ ਆਪਣੇ ਸਿਰ ਦੇ ਸਿੰਘ ਬਹੁਤ ਸੋਹਣੇ ਜਾਪੇ ਵਾਕਈ ਇਹ ਕਿਸੇ ਸ਼ਾਹੀ ਤਾਜ ਨਾਲੋਂ ਵੱਖਰੇ ਨਹੀਂ ਸੰਜਾਪਦੇ ਇਸ ਨਾਲ ਉਸ ਨੂੰ ਆਪਣੇ ਸ਼ਾਹੀ ਜਾਨਵਰ ਹੋਣ ਦਾ ਅਹਿਸਾਸ ਹੋਇਆ ਆਖਰ ਸਾਰੇ ਜਾਨਵਰਾਂ ਦੇ ਸਿਰ ਉੱਪਰ ਕੁਦਰਤ ਨੇ ਤਾਜ ਥੋੜੀ ਦਿੱਤਾ ਹੈ ਫਿਰ ਉਸਦੀ ਨਜ਼ਰ ਆਪਣੀਆਂ ਲੱਤਾਂ ਉੱਪਰ ਪਈ ਸਿੰਘਾਂ ਦੇ ਮੁਕਾਬਲੇ ਉਸ ਨੂੰ ਆਪਣੀਆਂ ਲੱਤਾਂ ਕੋਝੀਆਂ ਜਾਪੀਆਂ ਕਮਜ਼ੋਰ ਜਾਂ ਪਤਲੀਆਂ ਸਿੰਘਾਂ ਨੂੰ ਦੇਖ ਕੇ ਖੁਸ਼ੀ ਹੋਈ ਪਰ ਲੱਤਾਂ ਕੁਝ ਜ਼ਿਆਦਾ ਹੀ ਪਤਲੀਆਂ ਸਨ ਉਹ ਖੁਦ ਵੀ ਹੈਰਾਨ ਸੀ ਕਿ ਇਹ ਪਤਲੀਆਂ ਪਤਗੀਆਂ ਲੱਤਾਂ ਨਾਲ ਉਹ ਕਿਵੇਂ ਦੌੜ ਲੈਂਦਾ ਸੀ ਇੰਨੀ देर ਨੂੰ ਉਸ ਨੇ ਸ਼ਿਕਾਰੀ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਸੁਣੀ ਇੰਜ ਜਾਪਦਾ ਸੀ ਕਿ ਕੁੱਤੇ ਇੱਧਰ ਹੀ ਆ ਰਹੇ ਹਨ ਸ਼ିକਾਰੀ ਕੁੱਤਿਆਂ ਤੋਂ ਉਸ ਨੂੰ ਬਹੁਤ ਡਰ ਲੱਗਦਾ ਸੀ ਪਰ ਉਸ ਨੇ ਉੱਥੋਂ ਦੌੜਨ ਦਾ ਫੈਸਲਾ ਕੀਤਾ ਹਾਲੇ ਉਹ ਕੁਝ ਦੂਰ ਹੀ ਗਿਆ ਸੀ ਕਿ ਉਸ ਦਾ ਸਾਹਮਣਾ ਜੰਗਲੀ ਝਾੜੀਆਂ ਨਾਲ ਹੋ ਗਿਆ ਉਸ ਨੇ ਦੌੜ ਕੇ ਉਹਨਾਂ ਜੰਗਲੀ ਝਾੜੀਆਂ 'ਚੋਂ ਲੰਘਣਾ ਚਾਹਿਆ ਪਰ ਇਹ ਕੀ ਜਿੰਨਾ ਸਿੰਘਾਂ ਨੂੰ ਉਹ ਆਪਣੇ ਸਿਰ ਦਾ ਤਾਜ ਸਮਝਦਾ ਸੀ ਉਹੀ ਸਿੰਘ ਉਹਨਾਂ ਝਾੜੀਆਂ ਵਿੱਚ ਉਲਝ ਗਏ ਬਾਰਾ ਸਿੰਘੇ ਨੇ ਆਪਣੇ ਸਿੰਘਾਂ ਨੂੰ ਆਜ਼ਾਦ ਕਰਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਝਾੜੀਆਂ ਚੋਂ ਬਾਹਰ ਨਾ ਨਿਕਲ ਸਕਿਆ ਜਿੰਨਾ ਸਿੰਘਾਂ ਨੂੰ ਉਹ ਆਪਣੇ ਸਿਰ ਦਾ ਤਾਜ ਸਮਝਦਾ ਸੀ ਉਹਨਾਂ ਨੇ ਹੀ ਉਸ ਨੂੰ ਧੋਖਾ ਦਿੱਤਾ ਉਸ ਦੀਆਂ ਪਤਨੀਆਂ ਲੱਤਾਂ ਉਸ ਨੂੰ ਬਚਾਉਣ ਵਾਸਤੇ ਬੇਤਾਬ ਸਨ ਬੱਚੇ ਬੇਤਾਬ ਕਹ ਲੀਆਂ ਉਹ ਤੇਜ਼ ਦੌੜ ਸਕਦੀਆਂ ਸਨ ਬਾਰਾ ਸਿੰਘਾ ਇਸ ਮੁਸੀਬਤ 'ਚੋਂ ਬਚ ਸਕਦਾ ਸੀ ਪਰ ਉਸ ਦੇ ਸਿੰਘ ਫਸੇ ਹੋਣ ਕਰਕੇ ਉਹ ਬੇਵੱਸ ਪਿਆਸੀ ਬੇਵੱਸ ਲਿਚਾਰ ਹੁਣ ਉਹ ਕੁੱਤਿਆਂ ਦਾ ਉੱਥੇ ਪਹੁੰਚਣ ਦਾ ਇੰਤਜ਼ਾਰ ਕਰਨ ਲੱਗਾ ਉਸ ਵੇਲੇ ਤੱਕ ਕੁੱਤੇ ਉਸ ਦਾ ਪਿੱਛਾ ਕਰਦੇ ਕਰਦੇ ਉੱਥੇ ਪਹੁੰਚ ਗਏ ਵਿਚਾਰਾ ਬੇਵੱਸ ਬਾਰਾ ਸਿੰਘਾ ਆਪਣੇ ਸਿੰਘਾਂ ਦੇ ਕਾਰਨ ਜਿਨ੍ਹਾਂ ਨੂੰ ਆਪਣੇ ਸਿਰ ਦਾ ਤਾਜ ਸਮਝਦਾ ਸੀ ਸ਼ਿਕਾਰੀ ਕੁੱਤਿਆਂ ਦਾ ਸ਼ਿਕਾਰ ਹੋ ਗਿਆ ਜਿਹੜੀਆਂ ਲੱਤਾਂ ਉਸ ਨੂੰ ਬਚਾ ਸਕਦੀਆਂ ਸਨ ਉਹ ਵੀ ਉਸ ਲਈ ਕੁਝ ਨਾ ਕਰ ਸਕੀਆਂ ਇੱਥੋਂ ਤੱਕ ਬੱਚ ਰੀਡਿੰਗ ਕਰਨੀ ਹੈ